ਅੱਜ ਲੋਕ ਬਾਹਰ ਹੀ ਜਾਣਾ ਚਾਹੁੰਦੇ ਆ, ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ। ਬ੍ਰੇਨ ਡਰੇਨ ਹੋ ਰਿਹਾ ਵਾ, ਅੱਜ ਮਾਵਾਂ ਦੇ ਪੁੱਤ ਮਾਵਾਂ ਨੂੰ ਛੱਡ ਛੱਡ ਕੇ ਵਿਦੇਸ਼ ਦੇ ਵਿੱਚ ਜਾ ਰਹੇ ਆ। ਸਾਰਾ ਪਰਿਵਾਰ ਇੱਥੋਂ ਵਿਜ਼ਟਰ ਵੀਜ਼ੇ ਲਵਾ ਲਓ, ਜਾ ਕੇ ਵੀਜ਼ੇ ਚੇਂਜ ਹੋ ਜਾਂਦੇ ਆ। ਦੁੱਖ ਕੀ ਆ ਕਿ ਬਾਹਰ ਜਾਣਾ ਵਿਆਹ ਨਹੀਂ ਹੈਗਾ, ਕਰਾ ਲਓ ਕੋਈ ਗੱਲ ਨਹੀਂ, ਮੈਨੂੰ ਮਿਲੋ ਆ ਕੇ, ਮੈਂ ਦੱਸੂੰਗਾ ਕਿੱਦਾਂ ਤੁਸੀਂ ਆਪਣੀ ਜਨਾਨੀ ਦੇ ਨਾਲ ਜਾ ਸਕਦੇ। ਹੁਣ ਤਾਂ ਲੋਕਲ ਵੀ ਕੋਈ ਨਹੀਂ ਆਉਂਦਾ ਜੀ, ਬੰਦਾ ਬੈਨ ਲਵਾਈ ਫਿਰਦਾ ਚਾਰ ਕੰਟਰੀਆਂ ਦੇ। ਕਿੰਨੀ ਵਾਰੀ ਰਿਫਿਊਜ ਹੈ? ਚਾਰ ਵਾਰੀ ਰਿਫਿਊਜ ਹੈ। ਕਿੱਥੋਂ ਕਿੱਥੋਂ? ਸਾਰੀਆਂ ਕੰਟਰੀਆਂ। ਸਾਡਾ ਤਾਂ ਰੋਜ਼ ਦਾ ਕੰਮ ਹੀ ਰਿਫਿਊਜ਼ਲ ਦੇ ਉੱਤੇ ਕੰਮ ਕਰਨਾ। ਲੋਕਾਂ ਨੇ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ। ਹਾਂਜੀ ਹਾਂਜੀ, ਅਸੀਂ ਵੀ ਲਵਾਂਗੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਕੋਈ ਕਹਿੰਦਾ ਹਾਂਜੀ ਮੈਂ ਵੀ ਆ ਗਿਆ ਜੀ, ਅਸੀਂ ਲੈ ਕੇ ਆਏ ਸਿੱਖਿਆ ਮੇਲਾ, ਅਸੀਂ ਵੀ ਲਵਾਂਗੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸਭ ਤੋਂ ਪਹਿਲਾਂ ਅਸੀਂ ਕੀ ਚੈੱਕ ਕਰਦੇ ਹਾਂ ਇਹ ਵੀਜ਼ਾ ਰਿਫਿਊਜ਼ ਹੋਇਆ ਕਿ ਇੱਦਾਂ ਦਾ ਕੋਈ ਰੀਜ਼ਨ ਹੀ ਨਹੀਂ ਹੁੰਦਾ ਕਿ ਵਾਪਸ ਨਹੀਂ ਆਉਣਾ। ਚੰਗੇ ਏਜੰਟ ਕੋਲ ਜਾਓ, ਉਹ ਤੁਹਾਨੂੰ ਦੱਸੂਗਾ ਤੁਹਾਡਾ ਵੀਜ਼ਾ ਰਿਫਿਊਜ਼। ਯਾਰ ਦੇਖੋ ਜੀ, ਮੇਰੀ ਚਾਰ ਵਾਰੀ ਚਾਰ ਕੰਟਰੀਆਂ ਤੋਂ ਰਿਫਿਊਜ਼ਲ ਹੈ, ਪੰਜਵੀਂ ਵਾਰੀ ਕੌਣ ਜਿੰਦਾ ਕਰ ਦੂਗਾ, ਮੈਂ ਜੀ ਸੈਪਲਾਂ ਦੇ ਜਿੰਦਾ ਕਰ ਦੂੰਗਾ। ਸਤਿ ਸ਼੍ਰੀ ਅਕਾਲ ਜੀ, ਅਤੇ ਇੱਕ ਵਾਰੀ ਫਿਰ ਅੱਜ ਅਸੀਂ ਵਿਨੇ ਹਰੀ ਜੀ ਕੋਲ ਆਏ ਹਾਂ ਗੱਲਬਾਤ ਕਰਨ ਵਾਸਤੇ। ਕਿ ਜਿੱਦਾਂ ਵਿਨੇ ਹਰੀ ਜੀ ਨੇ ਕੁਝ ਐਪੀਸੋਡ ਦੇ ਵਿੱਚ ਕਿਹਾ ਕਿ ਬਾਹਰ ਨਹੀਂ ਜਾਣਾ ਚਾਹੀਦਾ, ਅਤੇ ਗੱਲ ਕਰਦੇ ਹਾਂ ਕਿ ਕਿਉਂ ਨਹੀਂ ਜਾਣਾ ਚਾਹੀਦਾ, ਜਦਕਿ ਹਰ ਬੰਦਾ ਬਾਹਰ ਜਾਣਾ ਚਾਹੁੰਦਾ, ਬੱਚੇ ਵੀ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਦੇ ਪੇਰੈਂਟਸ ਵੀ ਬਾਹਰ ਜਾਣਾ ਚਾਹੁੰਦੇ ਨੇ। ਤਾਂ ਵਿਨੇ ਜੀ, ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਸਵਾਗਤ ਕਿ ਅਸੀਂ ਤੁਹਾਡੇ ਕੋਲ ਆਏ ਜੀ ਗੱਲ ਕਰਨ ਵਾਸਤੇ। ਪਿੱਛੇ ਤੁਹਾਡਾ ਮੈਂ ਇੱਕ ਐਪੀਸੋਡ ਦੇਖਿਆ, ਤੁਸੀਂ ਕਿਹਾ ਕਿ ਜਿਹੜੇ ਪੇਰੈਂਟਸ ਹੈ ਜਾਂ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਹਾਂ, ਪਰ ਦੂਜੇ ਪਾਸੇ ਤੁਸੀਂ ਆਪ ਹੀ ਜਿਹੜਾ ਤੁਸੀਂ ਐਡਵਰਟਾਈਜ਼ ਕਰ ਰਹੇ ਹੋ ਕਿ ਤੁਸੀਂ ਸਾਡੇ ਕੋਲ ਆਓ, ਤੁਸੀਂ ਸਟੂਡੈਂਟਸ ਦੇ ਵੀਜ਼ੇ ਦਿਖਾ ਰਹੇ ਹੋ। ਅਲਟੀਮੇਟਲੀ ਕਾਰੋਬਾਰ ਹੈ ਸਾਡਾ ਵੀ, ਅਸੀਂ ਵੀ ਬੱਚੇ ਭੇਜਣੇ ਆ, ਅਤੇ ਬੱਚਿਆਂ ਦਾ ਰੁਝਾਨ ਬਹੁਤ ਜ਼ਿਆਦਾ ਵੱਧਦਾ ਪਿਆ ਰੁਜ਼ਗਾਰ ਨੂੰ ਲੈ ਕੇ। ਅੱਜ ਗਲੋਬਲ ਲੈਵਲ ਦੇ ਉੱਤੇ ਦੇਖੀਏ, ਇਨਵਾਇਰਮੈਂਟ ਵੀ ਫਰੈਂਡਲੀ ਨਹੀਂ ਹੈਗਾ ਕਿਸੇ ਵੀ ਮੁਲਕ ਦੇ ਵਿੱਚ। ਅੱਜ ਲੋਕ ਪ੍ਰਵਾਸ ਕਰਨਾ ਚਾਹੁੰਦੇ ਆ, ਜਦੋਂ ਇੱਕ ਭੁੱਸ ਪੈ ਜਾਂਦਾ ਕਿਸੇ ਨੂੰ, ਜਦੋਂ ਇੱਕ ਭੇਡ ਚਾਲ ਸ਼ੁਰੂ ਹੋ ਜਾਂਦੀ, ਉਹਨਾਂ ਨੂੰ ਰੋਕਣਾ ਬਹੁਤ ਜ਼ਿਆਦਾ ਔਖਾ ਹੁੰਦਾ। ਕੋਈ ਅੰਦੋਲਨ ਸ਼ੁਰੂ ਹੁੰਦਾ ਤਾਂ ਉਹ ਕਾਫੀ ਟਾਈਮ ਚੱਲਦਾ, ਕੋਈ ਵੀ ਰਿਵਾਜ਼ ਪੈਂਦਾ ਵਾ ਤਾਂ ਰਿਵਾਜ਼ ਇੱਕ ਵਾਰੀ ਪੂਰੀ ਤਰ੍ਹਾਂ ਆਪਣੀ ਚਰਮ ਸੀਮਾ ਤੱਕ ਜਾਂਦਾ, ਅਤੇ ਅੱਜ ਚਰਮ ਸੀਮਾ ਤੱਕ ਜਾਣ ਵਾਲੇ ਪਾਸੇ ਸਾਡਾ ਪੰਜਾਬ ਦਾ ਯੂਥ ਤੁਰਿਆ ਹੋਇਆ। ਅੱਜ ਲੋਕ ਬਾਹਰ ਹੀ ਜਾਣਾ ਚਾਹੁੰਦੇ ਆ, ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ। ਸਾਡਾ ਕਾਰੋਬਾਰ ਹੈ, ਅਸੀਂ ਬੜੇ ਪ੍ਰੋਗਰਾਮਾਂ ਦੇ ਜ਼ਰੀਏ ਸਮਝਾ ਚੁੱਕੇ ਹਾਂ ਕਿ ਵਿਦੇਸ਼ ਦੇ ਵਿੱਚ ਕੁਛ ਨਹੀਂ ਰੱਖਿਆ, ਭਾਰਤ ਦੇ ਵਿੱਚ ਸਾਰਾ ਕੁਛ ਹੈ, ਬਟ ਫਿਰ ਵੀ ਲੋਕ ਨਹੀਂ ਮੁੜਦੇ। ਸਟੂਡੈਂਟ ਸਾਰੀਆਂ ਗੱਲਾਂ ਸੁਣ ਕੇ ਕਹਿੰਦਾ, ਅੱਛਾ ਭਾਅ ਜੀ ਹੁਣ ਇਹ ਦੱਸੋ ਵੀਜ਼ਾ ਕਿੱਦਾਂ ਲੱਗੇਗਾ। ਇਹ ਵੀਜ਼ਾ ਲਵਾਉਣ ਦਾ ਕਾਰੋਬਾਰ ਹੈ, ਪੜ੍ਹਨ ਪੁੜਨ ਵਾਲਾ ਸਭ ਝੂਠ ਹੈਗਾ, ਨਾ ਕੋਈ ਪੜ੍ਹਨ ਗਿਆ ਅਤੇ ਨਾ ਕਿਸੇ ਨੇ ਪੜ੍ਹਨ ਜਾਣਾ। ਇਹ ਇੱਕ ਰਸਤਾ ਬਣਿਆ ਹੋਇਆ, ਇੱਕ ਢੰਗ ਹੈ ਜਿਹਦੇ ਤੁਸੀਂ ਆਪਣੇ ਜਨਾਨੀ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਅਤੇ ਜਿਹਦੀ ਅੱਜ ਅਸੀਂ ਡਿਸਕਸ਼ਨ ਕਰਾਂਗੇ। ਵਿਆਹ ਤੁਹਾਡਾ ਨਵਾਂ ਨਵਾਂ ਹੋਇਆ ਵਾ, ਵਾਈਫ ਨੂੰ ਤੁਸੀਂ ਨਾਲ ਲਿਜਾਣਾ ਚਾਹੁੰਦੇ ਹੋ, ਜਾਂ ਤੁਹਾਡੇ ਇੱਕ ਦੋ ਜਵਾਕ ਹੈ ਉਹਨਾਂ ਨੂੰ ਨਾਲ ਲੈ ਕੇ ਸਦਾ ਲਈ ਉਹ ਨਿਕਲਣਾ ਚਾਹੁੰਦੇ ਹੋ, ਚਾਹੁੰਦੇ ਨਹੀਂ ਕਦੀ ਵਾਪਸ ਆਉਣਾ, ਕਿੱਦਾਂ ਜਾਓਗੇ? ਜਾਂ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ, ਤੁਹਾਡੇ ਬੈਂਡ ਨਹੀਂ ਆ ਰਹੇ, ਤੁਸੀਂ ਮੱਥਾ ਮਾਰ ਕੇ ਦੇਖ ਲਿਆ, ਹੁਣ ਕਹਿੰਦੇ ਹੋ ਵੀ ਠੀਕ ਹੈ ਯਾਰ ਆਪਾਂ ਵਿਆਹ ਕਰਾ ਕੇ ਚੱਲ ਜਾਂਦੇ ਹਾਂ, ਪੈਸੇ ਹੈਗੇ ਆ ਅਤੇ ਚੰਗੀ ਕੁੜੀ ਨਾਲ ਵਿਆਹ ਕਰਾ ਲੈਂਦੇ ਜਿਹੜੇ ਬੈਂਡ ਆ। ਕਿਸੇ ਹੱਦ ਤੱਕ ਗਲਤ ਵੀ ਹੁੰਦਾ, ਅਤੇ ਜਦੋਂ ਕਿਸੇ ਦਾ ਡੰਗ ਸਰਦਾ ਹੋਵੇ ਤਾਂ ਲੋਕ ਮੀਟ ਮੱਛੀ ਵੀ ਖਾਂਦੇ ਹੀ ਆ। ਅਤੇ ਕਦੀ ਵੀ ਕੋਈ ਚੀਜ਼ ਦੀ ਪਰਿਭਾਸ਼ਾ ਸਹੀ ਜਾਂ ਗਲਤ ਨਹੀਂ ਹੁੰਦੀ, ਇੱਕ ਇਨਸਾਨ ਦੇ ਉੱਤੇ ਡਿਪੈਂਡ ਕਰਦਾ ਕਿ ਉਹਦੇ ਲਈ ਸਹੀ ਕੀ ਹੈ ਅਤੇ ਉਹਦੇ ਲਈ ਗਲਤ ਕੀ ਹੈ। ਕੋਈ ਸ਼ਰਾਬ ਪੀਂਦਾ ਪਿਆ ਵਾ ਮਜ਼ਾ ਲੈਣ ਵਾਸਤੇ, ਕੋਈ ਸ਼ਰਾਬ ਪੀਂਦਾ ਪਿਆ ਵਾ ਦੁੱਖ ਵਾਸਤੇ। ਲੋਕ ਇੱਕੋ ਚੀਜ਼ ਦੇ ਦੋ ਮਤਲਬ ਹੁੰਦੇ ਆ, ਉਹੀ ਚੀਜ਼ ਨੈਗੇਟਿਵ ਹੁੰਦੀ, ਉਹੀ ਪੋਜ਼ਿਟਿਵ ਹੁੰਦੀ ਹੈ। ਜਦੋਂ ਕਨੇਡਾ ਨਹੀਂ ਜਾਣਾ ਤਾਂ ਉਹਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਵੀ ਨਹੀਂ ਭੇਜਣਾ, ਅਤੇ ਜਦੋਂ ਭੇਜਣਾ ਤਾਂ ਉਦੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਕਿ ਭੇਜਣਾ। ਅਤੇ ਤੱਥਾਂ ਦੇ ਉੱਤੇ ਰਹਿਣਾ ਚਾਹੀਦਾ ਸਾਨੂੰ ਲੋਕਾਂ ਨੂੰ। ਮੈਂ ਵਿਨੇ ਹਰੀ, ਮੇਰਾ ਵਪਾਰ ਹੈ, ਪਿਛਲੇ 11 ਸਾਲ ਤੋਂ ਮੈਂ ਬੱਚਿਆਂ ਨੂੰ ਬਾਹਰ ਭੇਜਦਾ, ਜੋ ਕਿ ਸੱਚ ਹੈ, ਔਰ ਸਾਡੀ ਰੋਜ਼ੀ ਰੋਟੀ ਬੇਸਡ ਹੈ ਇਸ ਕਾਰੋਬਾਰ ਦੇ ਉੱਤੇ। ਔਰ ਦੂਸਰੇ ਪਾਸੇ ਇਹ ਕਿ ਬ੍ਰੇਨ ਡਰੇਨ ਹੋ ਰਿਹਾ ਵਾ, ਜੇ ਮਾਵਾਂ ਦੇ ਪੁੱਤ ਮਾਵਾਂ ਨੂੰ ਛੱਡ ਛੱਡ ਕੇ ਵਿਦੇਸ਼ ਦੇ ਵਿੱਚ ਜਾ ਰਹੇ ਆ, ਜੋ ਕਿ ਗਲਤ ਗੱਲ ਵੀ ਹੈ। ਮਾਂ ਬਾਪ ਕਿੱਥੋਂ ਇਲਾਜ ਕਰਾਊਗਾ ਕੱਲ੍ਹ ਨੂੰ? ਬੱਚੇ ਦੀ ਮਾਂ ਵੇਟ ਹੀ ਕਰਦੀ ਰਹਿ ਜਾਂਦੀ ਹੈ, ਇੱਥੇ ਜਾਣ ਵੀ ਨਿਕਲ ਜਾਂਦੀ ਹੈ, ਵਿਚ ਇਜ਼ ਅਗੇਨ ਰੋਂਗ। ਚਲੋ ਅੱਜ ਪਰਿਵਾਰਾਂ ਦੇ ਨਾਲ ਪ੍ਰਵਾਸ ਹੋਣ ਬਾਰੇ ਗੱਲ ਕਰੀਏ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਕਿੱਦਾਂ ਵਿਦੇਸ਼ ਦੇ ਵਿੱਚ ਜਾ ਸਕਦੇ ਹੋ। ਮਾਤਾ ਪਿਤਾ ਨੂੰ ਨਾਲ ਲਿਜਾਣਾ, ਬੱਚਿਆਂ ਨੂੰ ਨਾਲ ਲਿਜਾਣਾ, ਕਿੱਦਾਂ ਜਾਣਾ ਵਾ? ਕਈ ਤਰ੍ਹਾਂ ਦੇ ਰਸਤੇ ਹੈ। ਤੁਸੀਂ ਵਿਜ਼ਟਰ ਵੀਜ਼ਾ ਲਿਆ, ਜਾ ਕੇ ਆਪਣਾ ਵੀਜ਼ਾ ਚੇਂਜ ਕਰਾ ਲਓ, ਸਾਰਾ ਪਰਿਵਾਰ ਇੱਥੋਂ ਵਿਜ਼ਟਰ ਵੀਜ਼ੇ ਲਵਾ ਲਓ, ਜਾ ਕੇ ਵੀਜ਼ੇ ਚੇਂਜ ਹੋ ਜਾਂਦੇ ਆ, ਕਾਲਜ ਚੇਂਜ ਹੋ ਜਾਂਦੇ ਆ, ਵਰਕ ਵੀਜ਼ੇ 'ਚ ਹੋ ਜਾਂਦੇ ਆ, ਸਟੂਡੈਂਟ ਵੀਜ਼ੇ 'ਚ ਹੋ ਜਾਂਦੇ ਆ, ਕਾਰੋਬਾਰ ਵਾਲੇ ਵੀਜ਼ੇ 'ਚ ਹੋ ਜਾਂਦੇ ਆ, ਪੱਕੇ ਤੌਰ 'ਤੇ ਤੁਸੀਂ ਵਸਨੀਕ ਬਣ ਸਕਦੇ ਜੇ। ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਸਾਡੇ ਟ੍ਰੇਡ ਦੇ ਵਿੱਚ। ਦੁੱਖ ਕੀ ਆ ਕਿ ਬਾਹਰ ਜਾਣਾ, ਹੁਣ ਉਹ ਸਟੂਡੈਂਟ ਵੀਜ਼ਾ 'ਤੇ ਜਾਵੇ, ਉਹ ਵਰਕ ਵੀਜ਼ਾ 'ਤੇ ਜਾਵੇ, ਵਿਜ਼ਟਰ ਵੀਜ਼ਾ 'ਤੇ ਜਾਵੇ, ਭੇਜਣਾ ਕਿੰਨੇ ਇੱਕ ਏਜੰਟ ਨੇ ਭੇਜਣਾ, ਜ਼ਿੰਮੇਵਾਰੀ ਇੱਕ ਏਜੰਟ ਨੂੰ ਲੈਣੀ ਪੈਣੀ ਹੈ। ਅਸੀਂ ਜ਼ਿੰਮੇਵਾਰੀ ਲਵਾਂਗੇ ਕਿ ਤੁਹਾਨੂੰ ਭੇਜਾਂਗੇ, ਵਿਆਹ ਨਹੀਂ ਹੈਗਾ ਕਰਾ ਲਓ, ਕੋਈ ਗੱਲ ਨਹੀਂ, ਕੋਈ ਪੁਰਾਣਾ ਪੁਰਾਣਾ ਨਹੀਂ ਚਾਹੀਦਾ, ਸਵੇਰੇ ਜਾਓ ਨਵਾਂ ਵਿਆਹ ਕਰਾ ਕੇ ਆਓ, ਮੈਨੂੰ ਮਿਲੋ ਆ ਕੇ, ਮੈਂ ਦੱਸੂੰਗਾ ਕਿੱਦਾਂ ਤੁਸੀਂ
ਪਰਿਵਾਰ ਦੇ ਵਿੱਚ ਰਹਿੰਦੇ ਹੋ, ਮਾਂ ਬਾਪ ਨੂੰ ਨਾਲ ਲਿਜਾਣਾ ਵਾ, ਸਾਰਾ ਪਰਿਵਾਰ ਮੂਵ ਹੋਣਾ ਚਾਹੁੰਦੇ ਹੋ, 10-20-50 ਰਿਸ਼ਤੇਦਾਰ ਉਹਨਾਂ ਨੂੰ ਵੀ ਲਿਜਾਣਾ ਚਾਹੁੰਦੇ ਹੋ, ਦੇਅਰ ਆਰ ਪ੍ਰੋਡਕਟਸ, ਤੁਸੀਂ ਪਰਮਾਨੈਂਟ ਤੌਰ 'ਤੇ ਜਾ ਸਕਦੇ ਹੋ, ਕਾਰੋਬਾਰ ਖਰੀਦ ਲਓ ਕੋਈ, ਉਹਦੇ ਬੇਸ 'ਤੇ ਚਲੇ ਜਾਓਗੇ ਤੁਸੀਂ, ਕੋਈ LMI ਅਸੀਂ ਅਰੇਂਜ ਕਰ ਲੈਣਗੇ ਉਹਦੇ ਬੇਸ 'ਤੇ ਤੁਸੀਂ ਜਾ ਸਕਦੇ ਹੋ, ਕਈ ਤਰ੍ਹਾਂ ਦੇ ਰਸਤੇ ਹੁੰਦੇ ਆ। ਮੇਨ ਅੱਜ ਕੀ ਦੁੱਖ ਹੈਗਾ, ਲੋਕ ਇੱਥੋਂ ਨਿਕਲਣਾ ਚਾਹੁੰਦੇ ਆ, ਐਡਾ ਸੋਹਣਾ ਸਾਡਾ ਮੁਲਕ ਹੈ, ਜੇ ਅੱਜ ਖਰਾਬ ਹੋਇਆ ਤਾਂ ਅਸੀਂ ਹੀ ਖਰਾਬ ਕੀਤਾ, ਇਹਨੂੰ ਠੀਕ ਕਰਨ ਵਾਲੇ ਪਾਸੇ ਤੁਰਾਂਗੇ ਕਿ ਆਪਾਂ ਛੱਡ ਕੇ ਸਾਰੇ ਜਣੇ ਚਲੇ ਜਾਵਾਂਗੇ। ਜੋ ਸਾਹਿਬ ਉਹਨਾਂ ਨੇ ਪੁੱਛਿਆ ਸੀਗਾ ਕਿ ਅੱਜ ਲੋਕਾਂ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਵਾ, ਲੋਕ ਮਾਂ ਬਾਪ ਦੇ ਨਾਲ ਜਾਣਾ ਚਾਹੁੰਦੇ ਆ, ਸੋ ਵੀ ਆਰ ਹੇਅਰ, ਵੀ ਆਰ ਰੈਡੀ, ਆਪਣੇ ਕਾਗਜ਼ ਲੈ ਕੇ ਆਓ, ਤੁਹਾਨੂੰ ਭੇਜਾਂਗੇ ਤੁਹਾਡੇ ਮਾਤਾ ਪਿਤਾ ਬੱਚਿਆਂ ਦੇ ਨਾਲ। ਵਿਨੇ ਜੀ ਮੈਂ ਇੱਕ ਐਗਜ਼ਾਮਪਲ ਦੇਣਾ, ਅੱਜ ਤੋਂ ਕੁਝ ਕਾਫੀ ਸਾਲ ਪਹਿਲਾਂ ਜਿਹੜਾ ਇੱਕੋ ਹੀ ਕੰਪਨੀ ਹੁੰਦੀ ਸੀਗੀ ਇੰਸ਼ੋਰੈਂਸ ਦੀ, LIC ਇੰਸ਼ੋਰੈਂਸ ਕਾਰਪੋਰੇਸ਼ਨ, ਅਤੇ ਸਿਰਫ ਉਹੀ ਇੰਸ਼ੋਰੈਂਸ ਕਰਦੇ ਸੀਗੇ, ਪਰ ਬਹੁਤ ਲੋਕ ਘੱਟ ਇੰਸ਼ੋਰੈਂਸ ਕਰਵਾਉਂਦੇ ਸੀਗੇ, ਪਰ ਜਦੋਂ ਇੱਕ ਪ੍ਰਾਈਵੇਟ ਕੰਪਨੀ ਆਈਆਂ, ਉਹਨਾਂ ਨੇ ਲੋਕਾਂ ਨੂੰ ਅਵੇਅਰਨੈਸ ਦਿੱਤੀ, ਉਹਦੇ ਕਰਕੇ LIC ਦਾ ਕੰਮ ਬਹੁਤ ਵੱਧ ਗਿਆ। ਮੌਤ ਦਿਖਾਉਂਦੇ ਆ ਜੀ ਉਹ ਬੰਦੇ ਦੀ, ਜੇ ਤੂੰ ਮਰ ਗਿਆ ਤੇਰੇ ਜਵਾਕ ਦਾ ਕੀ ਬਣਨਾ। ਅੱਜ ਬਾਹਰ ਜਾਣ ਵਾਲਾ ਕਹਿੰਦਾ ਵੀ ਅੱਜ ਪਾਣੀ ਹੈ ਨਹੀਂ, ਜੇ ਹੈ ਨਹੀਂ, ਵੋ ਹੈ ਨਹੀਂ, ਬੱਤੀ ਹੈ ਨਹੀਂ, ਅਤੇ ਜੇ ਪਾਣੀ ਮੁੱਕ ਗਿਆ, ਜੇ ਲਾਈਟ ਮੁੱਕ ਗਈ, ਜੇ ਡਾਕਟਰ ਮੁੱਕ ਗਏ, ਤਾਂ ਤੇਰਾ ਕੀ ਬਣੂਗਾ, ਉਹਦੇ ਡਰਾਵਾ ਦਿੱਤਾ ਜਾਂਦਾ। ਅਤੇ ਉਹਦੇ ਕਰਕੇ LIC ਦਾ ਕੰਮ ਕਈ ਗੁਣਾ ਹੋ ਗਿਆ, ਜਦਕਿ LIC ਨੂੰ ਲੱਗਦਾ ਸੀਗਾ ਕਿ ਸਾਡੇ ਕੰਪੀਟੀਟਰ ਆਣਗੇ ਤਾਂ ਸਾਡਾ ਕੰਮ ਘੱਟ ਜਾਏਗਾ। ਅੱਜ ਪੰਜਾਬ ਦੇ ਵਿੱਚ ਮੇਨ ਕਾਰੋਬਾਰੀ ਬੰਦੇ ਬਾਹਰ ਭੇਜਦਾ ਹੋ ਗਿਆ। ਹੁਣ ਉਹ ਇਸ ਟਾਈਮ ਜਿੰਨੇ ਇੰਨੇ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਨੇ, ਜਿਨ੍ਹਾਂ ਨੇ ਲੋਕਾਂ ਦਾ ਦਿਮਾਗ ਬ੍ਰੇਨ ਵਾਸ਼ ਕਰ ਦਿੱਤਾ ਕਿ ਬਾਹਰ ਜਾਣ 'ਚ ਹੀ ਫਾਇਦਾ, ਉਹਦੇ ਨਾਲ ਤੁਹਾਡਾ ਕੀ ਲੱਗਦਾ ਕਿ ਫਰਕ ਪਿਆ ਕਿ ਲੋਕਾਂ ਦਾ ਟ੍ਰੈਂਡ ਬਣ ਗਿਆ ਕਿ ਅਸੀਂ ਬਾਹਰ ਜਾਣਾ, ਹਾਲਾਂਕਿ ਲੋਕਾਂ ਨੂੰ ਪਤਾ ਨਹੀਂ ਬਾਹਰ ਜਾ ਕੇ ਬਣਨਾ ਕੀ ਹੈ। ਅੱਗੇ ਸਾਡੇ ਕੋਲ ਨਾ ਬਠਿੰਡੇ ਤੋਂ, ਮੋਗੇ ਤੋਂ, ਮੁਕਤਸਰ ਤੋਂ ਲੋਕ ਆਉਂਦੇ ਹੁੰਦੇ ਸੀਗੇ ਬਾਹਰ ਜਾਣ ਵਾਸਤੇ, ਹੁਣ ਤਾਂ ਲੋਕਲ ਵੀ ਕੋਈ ਨਹੀਂ ਆਉਂਦਾ ਜੀ। ਜੇ ਐਵੇਂ ਗੱਲ ਕਹੀਏ ਤਾਂ ਹੁਣ ਜਿੱਥੇ ਦਫ਼ਤਰ ਹੈ ਸ਼ਾਇਦ ਉਹਦੇ 5-10 ਕਿਲੋਮੀਟਰ 'ਚੋਂ ਵੀ ਕੋਈ ਨਹੀਂ ਆਉਂਦਾ, ਕਿਉਂਕਿ ਹਰ ਜਿਹਨੇ ਵੀ ਬਾਹਰ ਜਾਣਾ ਉਸ ਬੰਦੇ ਦਾ ਕੋਈ ਨਾ ਕੋਈ ਰਿਸ਼ਤੇਦਾਰ, ਭੈਣ ਭਰਾ, ਕਿਸੇ ਨਾ ਕਿਸੇ ਤਰੀਕੇ ਜਾਂ ਇਹ ਕਾਰੋਬਾਰ ਕਰਦਾ ਪਿਆ ਜਾਂ ਇਸ ਕਾਰੋਬਾਰ ਦੇ ਵਿੱਚ ਨੌਕਰੀ ਕਰਦਾ ਪਿਆ। ਇੰਨਾ ਕੁ ਇਸ ਵੱਡੇ ਲੈਵਲ ਦੇ ਉੱਤੇ ਇੰਡਸਟਰੀ ਗਰੋ ਹੋ ਗਈ ਹੈ ਕਿ ਅੱਜ ਲੋਕਾਂ ਨੂੰ ਸਹੀ ਜਾਣਕਾਰੀ ਵੀ ਮਿਲਦੀ ਪਈ ਹੈ, ਭੇਜਣਾ ਮੈਂ ਵੀ ਕੈਨੇਡਾ ਵਾ, ਭੇਜਣਾ ਬਾਕੀ ਏਜੰਟਾਂ ਨੇ ਵੀ ਤੁਹਾਨੂੰ ਕੈਨੇਡਾ ਵਾ। ਜਦੋਂ ਅਸੀਂ ਮਾਸਟਰੀ ਦੀ ਗੱਲ ਕਰਦੇ, ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ, ਉਦੋਂ ਗਾਹਕ ਸਾਡੇ ਕੋਲ ਆਉਂਦਾ, ਜਦੋਂ ਪਤਾ ਵਾ ਕਿ ਨੰਬਰ ਘੱਟ ਆਏ, ਨੰਬਰ ਬੈਂਡ ਘੱਟ ਆਏ, ਅਗਲਾ ਕਹਿੰਦਾ ਕੋਈ ਨਹੀਂ ਇੱਕ ਵਾਰ ਲਾ ਕੇ ਦੇਖ ਲਓ, ਨਹੀਂ ਹੋਊਗਾ ਫਿਰ ਆਪਾਂ ਵੱਡੇ ਸ਼ਹਿਰ ਚਲ ਜਾਂਗੇ। ਹਰ ਬੰਦਾ ਇਲਾਜ ਕਰਾਉਣ ਵਾਸਤੇ ਨਾ ਪਹਿਲਾਂ ਇੱਕ ਡਾਕਟਰ ਕੋਲ ਜਾਂਦਾ, ਜੋ ਡਾਕਟਰ ਰੈਫਰ ਕਰ ਦਿੰਦਾ, ਨਹੀਂ ਭਾਈ ਸਾਡੇ ਬਸ ਦਾ ਨਹੀਂ ਹੈਗਾ, DMC ਚਲ ਜਾ ਜਾਂ PGI ਚਲੇ ਜਾ, ਉਦੋਂ ਫਿਰ ਉਹ PGI ਪਹੁੰਚ ਜਾਂਦਾ। ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਨਹੀਂ ਕੋਈ ਹੱਲ ਨਿਕਲਦਾ, ਫਿਰ ਸਾਡੇ ਕੋਲ ਆ ਜਾਂਦਾ, ਫਿਰ ਅਸੀਂ ਆਪਰੇਸ਼ਨ ਕਰਦੇ ਹਾਂ ਉਹਦਾ। ਇਹਦਾ ਵੀ ਮੈਂ ਐਗਜ਼ਾਮਪਲ ਦਿੰਦਾ, ਇੱਕ ਸਾਡੇ ਜਿੰਦਾ ਚੈਰੀਟੇਬਲ ਹੋਸਪਿਟਲ ਹੈ, ਉਹਨਾਂ ਡਾਇਲਸਿਸ ਦਾ ਕੰਮ ਹੈ, ਉਹਨਾਂ ਕੋਲ ਪੇਸ਼ੈਂਟ ਉਹ ਆਉਂਦੇ ਨੇ ਜਦੋਂ ਬਾਕੀ ਹਸਪਤਾਲ ਵਾਲੇ ਸਾਰੇ ਪੈਸੇ ਲੈ ਲੈਂਦੇ ਨੇ, ਜਦੋਂ ਪੇਸ਼ੈਂਟ ਮੌਤ ਦੇ ਕਿਨਾਰੇ ਆਇਆ ਹੁੰਦਾ ਤਾਂ ਉਹ ਕਹਿੰਦੇ ਤੁਸੀਂ ਉਸ ਚੈਰੀਟੇਬਲ ਹਸਪਤਾਲ ਚਲ ਜਾਓ, ਉਹ ਸਸਤਾ ਡਾਇਲਸਿਸ ਕਰਦੇ ਨੇ, ਅਤੇ ਉਹ ਕਹਿੰਦੇ ਜੀ ਆਪਾਂ ਪੇਸ਼ੈਂਟ ਨਹੀਂ ਲੈਣਾ, ਅਸੀਂ ਤੰਗ ਆ ਗਏ ਹਾਂ ਕਿ ਸਾਡੇ ਕੋਲ ਆ ਕੇ ਬੰਦੇ ਦੀ ਡੈਥ ਹੋ ਜਾਂਦੀ ਹੈ। ਇੱਦਾਂ ਹੀ ਜਦੋਂ ਏਜੰਟ ਸਾਰੇ ਵੀਜ਼ਾ ਲਵਾ ਲੈਂਦੇ ਨੇ, ਨਹੀਂ ਲੱਗਦਾ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਆਪਣੀ ਕਹਿੰਦੇ ਵਿਨੇ ਹਰੀ ਕੋਲ ਚਲੇ। ਉਹ ਆਪਣੀ ਤਾਰੀਫ ਨਹੀਂ ਕਰਦਾ ਜੀ, ਅਲਟੀਮੇਟਲੀ ਸਾਨੂੰ ਨਾ ਲੋਕ ਲਾਸਟ ਆਪਸ਼ਨ ਯੂਜ਼ ਕਰਦੇ, ਪਹਿਲੀ ਆਪਸ਼ਨ ਅਸੀਂ ਕਿਸੇ ਦੇ ਵੀ ਨਹੀਂ ਹੈਗੇ ਪੰਜਾਬ 'ਚ, ਅਤੇ ਅਸੀਂ ਵੀ ਕੋਈ ਪ੍ਰਾਊਡ ਮਾਣ ਵਾਲੀ ਗੱਲ ਨਹੀਂ ਹੈਗੀ ਵੀ ਜੇ ਸਾਡੇ ਵੀ ਰਿਫਿਊਜ਼ ਬਥੇਰੇ ਹੁੰਦੇ ਆ, ਸਾਡੇ ਕੋਲ ਲੋਕ ਉਦੋਂ ਆਉਂਦੇ ਜਦੋਂ ਉਹਨਾਂ ਦਾ ਮੁੱਕ ਚੁੱਕਾ ਹੁੰਦਾ ਸਾਰਾ ਕੁਛ, ਬੰਦਾ ਬੈਨ ਲਵਾਈ ਫਿਰਦਾ 4 ਕੰਟਰੀਆਂ ਦੇ, ਪੱਲੇ ਪੈਸਾ ਨਹੀਂ ਹੁੰਦਾ ਸ਼ੋਅ ਕਰਨ ਨੂੰ, ਨਾ ਆਇਲਸ ਦੇ ਵਿੱਚ ਬੈਂਡ ਹੁੰਦੇ ਆ, ਨਾ ਨੰਬਰ ਹੁੰਦੇ, ਸਾਨੂੰ ਕਹਿੰਦੇ ਵੀਜ਼ਾ ਲਵਾ ਦਿਓ। ਕਿੰਨੀ ਵਾਰੀ ਰਿਫਿਊਜ਼ ਹੈ? 4 ਵਾਰੀ ਰਿਫਿਊਜ਼ ਆ ਜੀ, ਕਿੱਥੋਂ ਕਿੱਥੋਂ, ਸਾਰੀਆਂ ਕੰਟਰੀਆਂ ਤੋਂ। ਅੱਛਾ, ਫਿਰ ਸਾਡੇ ਕੋਲ ਆ ਗਏ, ਅਗਲਾ ਕਹਿੰਦਾ ਜੀ ਸਾਡੇ ਤੁਸੀਂ 4 ਨਿਆਣੇ ਭੇਜਤੇ, ਸਾਡੇ 5 ਨਿਆਣੇ ਭੇਜਤੇ। ਸਾਡੇ ਕੋਲ 99% ਲੋਕ ਰੈਫਰੈਂਸ ਦੇ ਆਉਂਦੇ ਆ, ਮਸ਼ਹੂਰੀਆਂ ਦੇਖ ਕੇ ਕੋਈ ਨਹੀਂ ਆਉਂਦਾ। ਠੀਕ ਹੈ, ਜਿਹੜਾ ਕੋਈ ਜਾਣਦਾ ਵੀ, ਅਗਲਾ ਕਹਿੰਦਾ ਕੋਈ ਨਹੀਂ ਭਾਜੀ, ਇੱਕ ਵਾਰੀ ਕਿਤੋਂ ਹੋਰ ਅਪਲਾਈ ਕਰਦੇ ਆ, ਨਹੀਂ ਹੋਇਆ ਫਿਰ ਤੁਸੀਂ ਲਵਾ ਹੀ ਦੇਣਾ, ਟਰਾਈ ਕਰ ਲਈਏ ਪਹਿਲਾਂ ਬਾਰ। ਆਪਣਾ ਆਪਣੀ ਸਮਝ ਹੈ, ਇੱਕ ਬੰਦੇ ਨੇ ਰੋਜ਼ ਕਹਿ ਲਓ ਹਾਰਟ ਦਾ ਆਪਰੇਸ਼ਨ ਕਰਨਾ, ਉਹਨੂੰ ਤੁਸੀਂ ਹਾਰਟ ਬਾਰੇ ਕੀ ਪੁੱਛ ਲਓਗੇ? ਸਾਡਾ ਤਾਂ ਰੋਜ਼ ਦਾ ਕੰਮ ਹੀ ਰਿਫਿਊਜ਼ਲ ਦੇ ਉੱਤੇ ਕੰਮ ਕਰਨਾ। ਅੱਜ ਮੌਸਮ ਦੇ ਵਿੱਚ ਗਰਮੀ ਆਈ ਹੋਈ ਆ, ਤਾਂ ਗਰਮੀ ਨਾਲ ਹੀ ਲੋਕ ਮਰਨੇ ਆ, ਠੰਡ ਨਾਲ ਲੋਕ ਨਹੀਂ ਮਰਨੇ। ਅੱਜ ਕੈਨੇਡਾ ਅੰਬੈਸੀ ਨੂੰ ਜੇ ਕੋਈ ਪ੍ਰੋਬਲਮ ਹੈ ਤਾਂ ਉਹ ਸਾਰਿਆਂ ਨਾਲ ਪ੍ਰੋਬਲਮ ਹੈ, ਅਤੇ ਜੇ ਸਾਡੇ ਕੋਲ ਉਹਦਾ ਸਲਿਊਸ਼ਨ ਹੈਗਾ ਤਾਂ ਸਾਡੇ ਕੋਲ ਸਲਿਊਸ਼ਨ ਸਾਰਿਆਂ ਲਈ ਹੈਗਾ। ਲੋਕਾਂ ਨੂੰ ਸਮਝ ਨਹੀਂ ਲੱਗਦੀ, ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ, 2-4 ਲੱਖ ਰੁਪਏ ਖਰਾਬ ਕਰ ਲੈਂਦੇ, ਉਹ ਤੋਂ ਬਾਅਦ ਸਾਡੇ ਕੋਲ ਆਉਂਦੇ ਆ, ਫਿਰ ਸਾਨੂੰ ਆ ਕਹਿੰਦੇ ਜੀ ਪੈਸੇ ਘਟਾ ਲਓ। ਪੈਸੇ ਕਾਹਦੇ ਨਾਲ ਘਟਾ ਲਓ, ਤੁਸੀਂ ਪਹਿਲਾਂ 2-4 ਲੱਖ ਰੁਪਏ ਖਰਾਬ ਕਰ ਲਿਆ, ਇਸ ਤਾਂ ਲੈਣਾ ਹੀ ਬਾਅਦ 'ਚੋਂ। ਬੜਾ ਮਾਣ ਹੁੰਦਾ ਜੀ ਅੱਜ ਤੁਹਾਡੇ ਪਿਆਰ ਦੇ ਸਦਕਾ, ਤੁਹਾਡੇ ਆਸ਼ੀਰਵਾਦ ਦੇ ਸਦਕਾ, ਵੀ ਆਰ ਓਨਲੀ ਕੰਪਨੀ ਜਿਹੜੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ। ਬੜੇ ਲੋਕਾਂ ਨੇ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ, ਹਾਂਜੀ ਹਾਂਜੀ ਅਸੀਂ ਵੀ ਲਵਾਂਗੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਕੋਈ ਕਹਿੰਦਾ ਹਾਂਜੀ ਮੈਂ ਵੀ ਆ ਗਿਆ ਜੀ, ਅਸੀਂ ਲੈ ਕੇ ਆਏ ਹਾਂ ਸਿੱਖਿਆ ਮੇਲਾ, ਅਸੀਂ ਵੀ ਲਵਾਂਗੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਇੱਥੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ
ਜਿਨ੍ਹਾਂ ਦੇ ਬੇਸ 'ਤੇ ਵੀਜ਼ਾ ਲਿੱਤਾ ਜਾ ਸਕਦਾ। ਜਦੋਂ ਤੱਕ ਅਸੀਂ ਆਪਣੇ ਕਲਾਇੰਟਸ ਦੇ ਨਾਲ ਇਮਾਨਦਾਰ ਨਹੀਂ ਹੋਵਾਂਗੇ, ਵੀਜ਼ੇ ਤੱਕ ਨਹੀਂ ਪਹੁੰਚ ਪਾਵਾਂਗੇ। ਵੀਜ਼ਾ ਤੁਹਾਡਾ ਰਿਫਿਊਜ਼ ਹੋ ਗਿਆ, ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਸਾਡਾ ਜਦੋਂ ਸਾਡੇ ਕੋਲ ਆਉਂਦੇ ਜੇ? ਸਭ ਤੋਂ ਪਹਿਲਾਂ ਅਸੀਂ ਕੀ ਚੈੱਕ ਕਰਦੇ ਹਾਂ? ਇਹ ਵੀਜ਼ਾ ਰਿਫਿਊਜ਼ ਹੋਇਆ ਕਿਉਂ, ਜਿਹਦਾ ਤੁਹਾਨੂੰ ਵੀ ਨਹੀਂ ਪਤਾ ਹੁੰਦਾ। ਜਦੋਂ ਤੱਕ ਕਿਸੇ ਡਾਕਟਰ ਨੂੰ ਇਹ ਨਹੀਂ ਪਤਾ ਲੱਗੂਗਾ ਬਿਮਾਰੀ ਕੀ ਹੈ, ਉਹ ਇਲਾਜ ਕਾਹਦਾ ਕਰੂਗਾ? ਅੱਖ ਦੀ ਤੁਹਾਨੂੰ ਪ੍ਰੋਬਲਮ ਹੈ, ਇਲਾਜ ਕਰਾਈ ਜਾਂਦੇ ਜੇ ਹੱਡੀਆਂ ਦਾ, ਹੱਡੀਆਂ ਦੇ ਇਲਾਜ ਨਾ ਕਰੀ ਅੱਖਾਂ ਠੀਕ ਹੁੰਦੀਆਂ। ਨੰਬਰ ਤੁਹਾਡੇ ਘੱਟ ਹੈ, ਇਲਾਜ ਕਰਾਈ ਜਾਂਦੇ ਵੀ ਉਹ ਬੈਂਡਾਂ ਦਾ ਕਸੂਰ ਕੱਢੀ ਜਾਂਦੇ ਹੋ, ਨਹੀਂ ਹਮਾਰੇ ਤੋਂ ਬੈਂਡ ਕੰਮ ਥੇ ਇਸ ਲਈ ਵੀਜ਼ਾ ਰਿਫਿਊਜ਼ ਹੋ ਗਿਆ। ਲੋਕ ਅਕਸਰ ਪਹੁੰਚਦੇ ਉਹਨੂੰ ਪੁੱਛੋ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ, ਅਗਲਾ ਕਹਿੰਦਾ ਜੀ ਉਹ ਕਹਿੰਦੇ ਤੁਸੀਂ ਵਾਪਸ ਨਹੀਂ ਆਉਣਾ। ਵੀ ਭਲਿਆ ਲੋਕ ਹੈ, ਵਾਪਸ ਕਿੰਨੇ ਆਉਣਾ ਅੱਜ ਕਨੇਡਾ ਤੋਂ ਜਾ ਕੇ? ਇੱਦਾਂ ਦਾ ਕੋਈ ਰੀਜ਼ਨ ਹੀ ਨਹੀਂ ਹੁੰਦਾ ਕਿ ਵਾਪਸ ਨਹੀਂ ਆਉਣਾ। ਚੰਗੇ ਏਜੰਟ ਕੋਲ ਜਾਓ, ਉਹ ਤੁਹਾਨੂੰ ਦੱਸੂਗਾ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ। ਵਿਨੇ ਜੀ, ਤੁਹਾਡੇ ਕੋਲ ਜਿਹੜੇ ਕੇਸ ਆਉਂਦੇ ਨੇ ਰਿਫਿਊਜ਼ਲ ਵਾਲੇ ਕੇਸ, ਉਹਨਾਂ ਵਿੱਚ ਸਕਸੈਸ ਰੇਟ ਤਾਂ ਘੱਟ ਹੋਏਗਾ ਕੰਪੈਰੇਟਿਵਲੀ ਜਿਹੜੇ ਨਵੇਂ ਕੇਸ ਨੇ? ਘੱਟ ਹੋਏਗਾ ਮਤਲਬ ਕਿ ਜਿਹੜਾ ਮਰਿਆ ਬੰਦਾ ਜਿਹਨੂੰ ਡਾਕਟਰ ਨੇ ਸਰਟੀਫਿਕੇਟ ਦੇ ਦਿੱਤਾ ਡੈਥ ਸਰਟੀਫਿਕੇਟ, ਉਹਨੂੰ ਜਿੰਦਾ ਕੌਣ ਕਰਦਾ ਜੇ? ਇੱਥੇ ਬੰਦਾ ਆਪਣਾ ਸਰਟੀਫਿਕੇਟ ਨਾਲ ਲੈ ਕੇ ਆਉਂਦਾ ਸਾਡੇ ਕੋਲ ਕਿ ਆਹ ਦੇਖੋ ਜੀ ਮੇਰੀ ਚਾਰ ਵਾਰੀ ਚਾਰ ਕੰਟਰੀਆਂ ਤੋਂ ਰਿਫਿਊਜ਼ਲ ਹੈ, ਪੰਜਵੀਂ ਵਾਰੀ ਕੌਣ ਜਿੰਦਾ ਕਰ ਦੂਗਾ ਉਹਨੂੰ? ਜੇ ਸ਼ਰਤ ਲਾ ਕੇ ਜਿੰਦਾ ਕਰਦੇ ਆ, ਸਭ ਤੋਂ ਪਹਿਲਾਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਤੁਹਾਡਾ ਅੰਬੈਸੀ ਨੇ ਵੀਜ਼ਾ ਰਿਫਿਊਜ਼ ਕਿਉਂ ਕੀਤਾ। ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਬੈਂਡ ਕਰਕੇ, ਨੰਬਰਾਂ ਕਰਕੇ, ਤੁਸੀਂ ਫਿਰ ਉਹਦੀ ਇੰਪਰੂਵਮੈਂਟ ਤਾਂ ਕੋਈ ਕੀਤੀ ਨਹੀਂ, ਫਿਰ ਕਹਿੰਦੇ ਹੋ 100% ਲਵਾ ਕੇ ਦਿਓ। 100% ਤਾਂ ਜੇ ਤੁਸੀਂ ਸਾਡੀਆਂ ਸ਼ਰਤਾਂ ਪੂਰੀਆਂ ਕਰਦੇ, ਜੇ ਨਹੀਂ ਤਾਂ 25-50% 'ਤੇ ਖੜਦੇ ਹੋ ਤੁਸੀਂ। ਤੁਸੀਂ ਜਦੋਂ ਮਿਲੋਗੇ ਤੁਹਾਨੂੰ ਮੌਕੇ 'ਤੇ ਦੱਸ ਦਾਂਗੇ ਕਿ ਤੁਹਾਡੇ ਚਾਂਸ ਹੈਗੇ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ। ਲੱਗਣਾ ਤਾਂ 100% ਲੱਗਣਾ, ਨਹੀਂ ਲੱਗਣਾ ਤਾਂ ਝੂਠ ਤਾਂ ਜਿੰਨਾ ਮਰਜ਼ੀ ਮਾਰ ਲਓ। ਅਤੇ ਦੋਸਤੋ, ਜਿੱਦਾਂ ਵਿਨੇ ਜੀ ਨੇ ਦੱਸਿਆ ਕਿ ਜਿੰਨੀ ਦੇਰ ਤੁਸੀਂ ਆ ਕੇ ਮਿਲੋਗੇ ਨਹੀਂ, ਜਿੰਨੀ ਦੇਰ ਆ ਕੇ ਡਿਸਕਸ ਨਹੀਂ ਕਰੋਗੇ ਆਪਣੇ ਕੇਸ ਬਾਰੇ, ਤਾਂ ਉਨੀ ਦੇਰ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿੱਦਾਂ ਹੈ। ਤਾਂ ਆਪਾਂ ਤੁਹਾਨੂੰ ਜਿਹੜੇ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਦੇ ਸਕਦੇ ਹਾਂ, ਪਰ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫੋਨ ਨੰਬਰ ਚੱਲ ਰਹੇ ਨੇ, ਤੁਸੀਂ ਅਪੁਆਇੰਟਮੈਂਟ ਲਓ ਅਤੇ ਆ ਕੇ ਮਿਲੋ ਵਿਨੇ ਜੀ ਨੂੰ, ਤੁਹਾਨੂੰ ਸਹੀ ਗਾਈਡ ਕਰਨਗੇ ਕਿ ਤੁਸੀਂ ਜਾ ਸਕਦੇ ਕਿ ਨਹੀਂ ਜਾ ਸਕਦੇ। ਅਤੇ ਇੱਕ ਵਾਰੀ ਫਿਰ ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ, ਥੈਂਕਸ।